ਕਰਫਿਊ ਦੌਰਾਨ ਥੋੜ੍ਹਾ ਜਿਹਾ ਘਰਾਂ ਦੇ ਵਿੱਚ ਜ਼ਰੂਰ ਰਹਿਣ, ਕਿਉਂਕਿ ਪਹਿਲਾਂ ਜਿਹੜਾ ਕਰਫਿਊ ਸੀਗਾ ਉਹਨੂੰ ਕਰਫਿਊ ਸਮਝਿਆ ਜਾ ਰਿਹਾ ਸੀ, ਪਰ ਸ਼ਾਮ ਨੂੰ ਜਿਹੜੀ ਆਮ ਪਬਲਿਕ ਆ ਸਾਰੀ ਉਹ ਜਿੰਨੀ ਵੀ ਆ ਘਰਾਂ ਦੇ ਵਿੱਚੋਂ ਕਾਫੀ ਨੌਜਵਾਨ ਆ, ਪਿੰਡਾਂ ਵਾਲੇ ਨੇ, ਪਿੰਡਾਂ ਵਾਲੇ ਵੀ ਘਰਾਂ ਦੇ ਵਿੱਚ ਘੱਟ ਰਹਿ ਰਹੇ ਹਨ, ਕਿਉਂਕਿ ਇਹ ਰੋਗ ਦੀ ਦਵਾਈ ਨਹੀਂ ਹੈਗੀ, ਇਹਨੂੰ ਘਰਾਂ ਦੇ ਵਿੱਚ ਰਹਿ ਕੇ ਹੀ ਡੱਕਿਆ ਜਾ ਸਕਦਾ। ਪਹਿਲਾਂ ਤਾਂ ਲੋਕਾਂ ਨੂੰ ਘਰਾਂ ਦੇ ਵਿੱਚ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਾਲਟ ਹੋਰ ਹੈ, ਪੱਤੇ 'ਤੇ ਹੋਰ ਲਿਖਿਆ ਹੈ, ਉਹਦੇ ਕਰਕੇ ਜਿਹੜੇ ਨੇ ਇੱਥੋਂ ਦਵਾਈਆਂ ਦੇ ਲੈਣ ਵੇਲੇ ਬਹੁਤ ਮੁਸ਼ਕਲ ਆ ਰਹੀ ਹੈ। ਖਾਸ ਕਰਕੇ ਜਿਵੇਂ ਵੀ ਹੋ ਸਕਦਾ ਸਰਕਾਰ ਨੂੰ ਪਹਿਲਾਂ ਇਹਨਾਂ ਦੀ ਜਿਹੜੀ ਔਨਲਾਈਨ ਡਿਲੀਵਰੀ ਆ ਜਿਵੇਂ ਮਰਜ਼ੀ ਆ ਉਹਨਾਂ ਤੱਕ ਪਹੁੰਚਦੀ ਹੋਣੀ ਚਾਹੀਦੀ ਹੈ। ਦੁਕਾਨਦਾਰ ਵੀ ਕਈ ਤਾਂ ਜਿਹੜੇ ਸੇਵਾ ਭਾਵਨਾ ਨਾਲ ਚੱਲ ਰਹੇ ਨੇ, ਅਤੇ ਕਈ ਉਹਨੇ ਜਿਹੜੇ ਵੇਖਦੇ ਨੇ ਵੀ ਹੁਣ ਕਰਫਿਊ ਲੱਗਾ ਵੀ ਜਿੰਨੀ ਹੁੰਦੀ ਹੈ ਗਾਹਕਾਂ ਦੀ ਛਿੱਲ ਲਾ ਲਈਏ ਉੰਨੀ ਥੋੜ੍ਹੀ ਹੈ। ਸਖਤਾਈ ਤੋਂ ਬਿਨਾਂ ਆਪਣੇ ਲੋਕ ਸਮਝਣ ਵਾਲੇ ਨਹੀਂ, ਜੇ ਉਸ ਦਿਨ ਸਖਤਾਈ ਕਰੀ ਤਾਂ ਅਗਲੇ ਦਿਨ ਕਿਉਂ ਨਹੀਂ ਦਿਸੇ, ਹੁਣ ਢਿੱਲ ਆ ਅਤੇ ਹੁਣ ਲੋਕ ਕਿਉਂ ਸੜਕਾਂ 'ਤੇ ਆ ਗਏ। ਗਲੋਬਲ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਚਮਕੌਰ ਲੋਪੋ ਵੱਲੋਂ ਹਾਰਦਿਕ ਸਵਾਗਤ ਹੈ। ਦਰਸ਼ਕੋ, ਤੁਹਾਨੂੰ ਪਤਾ ਹੈ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਭਾਰਤ ਸਰਕਾਰ, ਪੰਜਾਬ ਸਰਕਾਰ ਚਿੰਤਤ ਹੈ, ਔਰ ਪੰਜਾਬ ਦੇ ਵਿੱਚ ਪੂਰਨ ਯੂਰੋਪ ਦੇ ਵਿੱਚ ਜਿਹੜਾ ਹੈਗਾ ਉਹ ਕਰਫਿਊ ਲਾਇਆ ਗਿਆ ਕਿ ਕੋਈ ਵੀ ਬਾਹਰ ਨਾ ਆਵੇ, ਪਰ ਕੁਝ ਪਾਸ ਜਾਰੀ ਕੀਤੇ ਗਏ ਕੋਈ ਜ਼ਰੂਰੀ ਕੰਮਾਂ ਵਾਲਾ। ਅਸੀਂ ਅੱਜ ਮੋਗਾ ਦੇ ਸਰਕਾਰੀ ਸਿਵਲ ਹਸਪਤਾਲ ਦੇ ਸਾਹਮਣੇ ਖੜ੍ਹੇ ਹਾਂ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਇਆ ਜਾਵੇ ਕਿ ਕਿਸ ਤਰ੍ਹਾਂ ਜਿਹੜੇ ਹੈਗੇ ਆ ਮੈਡੀਕਲ ਬੰਦ ਨੇ, ਕੁਝ ਕੁਝ ਲੋਕ ਆ ਜਿਹੜੇ ਉਹ ਦਵਾਈਆਂ ਲੈ ਕੇ ਬਾਹਰ ਆ ਰਹੇ ਨੇ। ਸੋ ਜੇ ਦੇਖਿਆ ਜਾਵੇ ਪੂਰਨ ਰੂਪ ਦੇ ਵਿੱਚ ਸ਼ਹਿਰ ਮੈਡੀਕਲ ਬੰਦ ਪਏ ਨੇ, ਅਤੇ ਅਸੀਂ ਇੱਥੇ ਦਵਾਈਆਂ ਜਿਹੜੀਆਂ ਕਿ ਪਿੰਡਾਂ ਦੇ ਵਿੱਚ ਪੁਲਿਸ ਵਾਲੇ ਨੇ ਉਹ ਵੀ ਗੌਰ ਰੱਖ ਰਹੇ ਨੇ ਕਿ ਕੋਈ ਜਿਹੜਾ ਹੈਗਾ ਕੋਈ ਵੀ ਇਨਸਾਨ ਉਹ ਬਾਹਰ ਨਾ ਆਵੇ। ਸੋ ਜੇ ਦੇਖਿਆ ਜਾਵੇ ਜਿੱਥੇ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਜਾਂ ਹੋਰ ਸੇਵਾ ਕਰ ਰਹੀਆਂ, ਉੱਥੇ ਗਲੋਬਲ ਪੰਜਾਬ ਟੀਵੀ ਦੀ ਜਿਹੜੀ ਟੀਮ ਹੈ ਉਹ ਅਸੀਂ ਇੱਕ ਉੱਦਮ ਕੀਤਾ, ਛੋਟਾ ਜਿਹਾ ਉਪਰਾਲਾ ਕੀਤਾ ਕਿ ਅਸੀਂ ਵਟਸਐਪ ਨੰਬਰ ਆ ਜਿਹੜਾ ਅਸੀਂ ਫੇਸਬੁੱਕ ਦੇ ਉੱਤੇ ਵਟਸਐਪ ਦੇ ਉੱਤੇ ਦਿੱਤਾ ਕਿ ਮੋਗੇ ਜ਼ਿਲ੍ਹੇ ਦੇ ਨਾਲ ਜਿਹੜੇ ਦਿਹਾਤੀ ਏਰੀਏ ਦੇ ਲੋਕ ਆ, ਕੋਈ ਬਿਮਾਰ ਹੈ, ਮਰੀਜ਼ ਹੈ, ਘਰਾਂ ਦੇ ਵਿੱਚ ਪਏ ਆ, ਮੋਗੇ ਨਹੀਂ ਆ ਸਕਦੇ, ਉਹਨਾਂ ਕੋਲ ਪਾਸ ਵੀ ਨਹੀਂ, ਕੋਈ ਪਹੁੰਚ ਵੀ ਨਹੀਂ, ਪਰ ਉਹਨਾਂ ਨੂੰ ਦਵਾਈ ਦੀ ਲੋੜ ਹੈ। ਅਸੀਂ ਜਿਹੜੀ ਉਹਨਾਂ ਦੀ ਪਰਚੀ ਹੈ ਉਹ ਵਟਸਐਪ ਦੇ ਉੱਤੇ ਮੰਗਵਾ ਲੈਂਦੇ ਹਾਂ, ਅਤੇ ਮੋਗੇ ਜਦੋਂ ਅਸੀਂ ਕਵਰੇਜ ਕਰਨ ਆਉਂਦੇ ਹਾਂ ਤਾਂ ਇੱਥੋਂ ਅਸੀਂ ਉਹ ਦਵਾਈਆਂ ਜਿਹੜੀਆਂ ਖਰੀਦ ਕੇ ਉਹਨਾਂ ਤੱਕ ਪਹੁੰਚਾ ਦਿੰਦੇ ਹਾਂ। ਨਾਲ ਇਹ ਵੀ ਬੇਨਤੀ ਆ ਕਿ ਕੁਝ ਜਿਹੜੇ ਵੀਰ ਆ ਉਹ ਸਾਨੂੰ ਵੱਖ ਵੱਖ ਜ਼ਿਲ੍ਹਿਆਂ ਦੇ ਜਾਂ ਦੂਰ ਦੇ ਲੋਕ ਆ ਜਿਹੜੇ ਉਹ ਵੀ ਸੰਪਰਕ ਕਰ ਰਹੇ। ਅਸੀਂ ਬੇਨਤੀ ਕਰਦੇ ਹਾਂ ਕਿ ਅਸੀਂ ਜਿਹੜੀ ਮੋਗਾ ਜ਼ਿਲ੍ਹੇ ਦੀ ਸਾਡੀ ਟੀਮ ਹੈ ਗਲੋਬਲ ਪੰਜਾਬ ਟੀਵੀ ਦੀ, ਅਸੀਂ ਮੋਗੇ ਜ਼ਿਲ੍ਹੇ ਦੇ ਜਿਹੜੇ ਪਿੰਡ ਆ ਜਿਵੇਂ ਨਿਹਾਲ ਸਿੰਘ ਵਾਲਾ ਹਲਕਾ ਹੋ ਗਿਆ, ਉੱਥੇ ਬੱਧਣੀ, ਰਣੀਆਂ, ਬੁੱਟਰ, ਮੀਨੀਆਂ, ਮੱਲਿਆਣਾ, ਦੋਦਰ, ਲੋਪੋ, ਇਹ ਪਿੰਡਾਂ ਦੇ ਜਿਹੜੇ ਲੋਕ ਆ ਇਹਨਾਂ ਦੀਆਂ ਅਸੀਂ ਪਰਚੀਆਂ ਅੱਜ ਲੈ ਕੇ ਆਏ ਸੀ। ਤਕਰੀਬਨ 20-25 ਹਜ਼ਾਰ ਦੀ ਜਿਹੜੀ ਦਵਾਈ ਆ ਅਸੀਂ ਇੱਥੋਂ ਲਈ ਆ, ਉਹਨਾਂ ਦੀ ਡਿਲੀਵਰੀ ਅੱਜ ਸ਼ਾਮ ਤੱਕ ਜਿਹੜੀ ਅਸੀਂ ਘਰਾਂ ਦੇ ਵਿੱਚ ਕਰ ਦਿਆਂਗੇ। ਅਸੀਂ ਇੱਕ ਉੱਦਮ ਕੀਤਾ, ਉਪਰਾਲਾ ਕੀਤਾ ਕਿ ਜਿੱਥੇ ਸਾਨੂੰ ਪਾਸ ਜਾਰੀ ਹੋਏ ਆ, DC ਜੋ ਮੋਗਾ ਦੇ ਡਿਪਟੀ ਕਮਿਸ਼ਨਰ ਡਾਕਟਰ ਸੰਦੀਪ ਹਾਂਸ, ਉਹਨਾਂ ਨੇ ਵੀ ਕਿਹਾ ਕਿ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਾਡੇ ਕੋਲ ਪਾਸ ਆ, ਲੋਕ ਆ ਜਿਹੜੇ ਪਿੰਡਾਂ ਦੇ ਉਹ ਨਹੀਂ ਆ ਸਕਦੇ, ਉਹਨਾਂ ਕੋਲ ਪਾਸ ਨਹੀਂ, ਉਹਨਾਂ ਨੂੰ ਪਤਾ ਨਹੀਂ ਕਿੱਥੋਂ ਬਣਾਉਣਾ ਹੈ। ਸੋ ਅਸੀਂ ਉਹਨਾਂ ਦੇ ਨਾਲੇ ਰਾਬਤਾ ਕਰਕੇ ਕੁਝ ਮੈਡੀਕਲ ਆ ਜਿਹੜੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਅਸੀਂ ਜਿਹੜੇ ਹੈਗੇ ਆ ਇੱਥੋਂ ਤੁਹਾਡੇ ਤੋਂ ਇਹ ਦਵਾਈ ਆ ਜਿਹੜੀ ਅਸੀਂ ਲੈ ਜਾਇਆ ਕਰਾਂਗੇ। ਸੋ ਅਸੀਂ ਇੱਥੇ ਆਉਂਦੇ ਹਾਂ ਔਰ ਆਣ ਕੇ ਜਿਹੜੀਆਂ ਹੈਗੀਆਂ ਦਵਾਈਆਂ ਉਹ ਸਾਰੀਆਂ ਅਸੀਂ ਪਰਚੀਆਂ ਵਟਸਐਪ ਕਰ ਦਿੰਦੇ ਹਾਂ। ਉਸ ਤੋਂ ਬਾਅਦ ਇਹ ਜਿਹੜੇ ਮੈਡੀਕਲਾਂ ਵਾਲੇ ਵੀਰ ਨੇ ਬੜਾ ਇਹ ਵੀ ਸਹਿਯੋਗ ਦੇ ਰਹੇ ਨੇ, ਜਿਵੇਂ ਅਸੀਂ ਹੁਣੇ ਇੱਥੋਂ ਸਾਹਮਣੇ ਮੈਡੀਕਲ ਦੇ ਵਿੱਚੋਂ ਦਵਾਈਆਂ ਲਈਆਂ ਨੇ ਔਰ ਇਹ ਦਵਾਈਆਂ ਕਾਫੀ ਹੋਰ ਵੀ ਜਿਹੜੀਆਂ ਦਵਾਈਆਂ ਨੇ ਕੁਝ ਮੈਡੀਕਲਾਂ ਵਾਲੇ ਵੀਰਾਂ ਦੀਆਂ ਜੋ ਪਿੰਡਾਂ ਦੇ ਵਿੱਚ ਬੈਠੇ ਨੇ ਜਾਂ ਡਾਕਟਰ ਨੇ ਜਾਂ ਲੋਕ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਦੀ ਅਸੀਂ ਦਵਾਈ ਲੈ ਕੇ ਪਰਚੀਆਂ ਅਸੀਂ ਜ਼ਰੂਰ ਪਰਚੀ ਸਾਨੂੰ ਜ਼ਰੂਰ ਜਾਂ ਵਟਸਐਪ ਕਰਿਆ ਕਰੋ, ਇਹ ਅਸੀਂ ਦੱਸਦੇ ਹਾਂ, ਜਾਂ ਸਾਨੂੰ ਇਸ ਤਰ੍ਹਾਂ ਪਰਚੀ ਸਾਨੂੰ ਫੜਾ ਦਿਆ ਕਰੋ ਤਾਂ ਕਿ ਜੇ ਅਸੀਂ ਪਰਚੀ ਅੱਗੇ ਇਹ ਦਿਖਾ ਕੇ ਜਿਹੜੀ ਪਰਚੀ ਆ ਉਹ ਅਸੀਂ ਦਵਾਈ ਲੈ ਕੇ ਤੁਹਾਡੇ ਤੱਕ ਜਾਂ ਸ਼ਾਮ ਨੂੰ ਜਾਂ ਸਵੇਰ ਤੱਕ ਜਿਹੜੀ ਦਵਾਈ ਅਸੀਂ ਤੁਹਾਡੇ ਘਰ ਦੇ ਵਿੱਚ ਪਹੁੰਚਾ ਦਿਆਂਗੇ। ਨਾਲ ਹੀ ਅਸੀਂ ਦਰਸ਼ਕਾਂ ਨੂੰ ਇਹ ਵੀ ਬੇਨਤੀ ਕਰਦੇ ਹਾਂ ਵੀ ਜੇਕਰ ਉਹ ਦਵਾਈ 1000 ਰੁਪਈਏ ਤੋਂ ਘੱਟ ਦੀ ਹੈ ਕੀਮਤ ਦੀ ਤਾਂ ਅਸੀਂ ਆਪਣੇ ਕੋਲੋਂ ਲੈ ਜਾਂਦੇ ਹਾਂ, ਡਿਲੀਵਰੀ ਸਮੇਂ ਸਾਨੂੰ ਪੈਸੇ ਦੇ ਦਿਓ। ਜਾਂ ਜਿਹੜੇ ਬੰਦਿਆਂ ਦੀ 10 ਹਜ਼ਾਰ ਦੀ ਜਾਂ 5500, 6 ਹਜ਼ਾਰ ਦੀ ਦਵਾਈ ਆ ਉਹ ਸਾਨੂੰ ਕਾਲ ਕਰਨ, ਅਸੀਂ ਉਹਨਾਂ ਤੋਂ ਪਰਚੀ ਵੀ ਲੈ ਲਾਂਗੇ ਔਰ ਉਹਨਾਂ ਨਾਲ ਗੱਲਬਾਤ ਵੀ ਕਰ ਲਾਂਗੇ ਵੀ ਇਹੀ ਕੰਪਨੀ ਦੀ ਚਾਹੀਦੀ ਆ ਜਾਂ ਇਹੀ ਸ਼ਰਟ ਜਿਹੜੇ ਦਵਾਈ ਦੇ ਵਿੱਚ ਸਾਟ ਆ ਇਹੀ ਚਾਹੀਦੇ ਆ, ਕਿੱਦਾਂ ਦੀ ਚਾਹੀਦੀ, ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰ ਲੈਂਦੇ ਹਾਂ ਅਤੇ ਉਹਨਾਂ ਤੋਂ ਅਸੀਂ ਪਰਚੀ ਔਰ ਪੇਮੈਂਟ ਲੈ ਕੇ ਅਸੀਂ ਇੱਥੋਂ ਦਵਾਈਆਂ ਲੈ ਕੇ ਉਹਨਾਂ ਤਾਈਂ ਪਹੁੰਚਾਉਂਦੇ ਹਾਂ।
और नाल साढ़े नाल शहर वासी ने इतों के समाज सेवी जोगिंदर सिंह पहला भी असी कई बार तुसी इन्हां नूं देख चुके असी उन्हां दे नाल ये राबता करते हैं कि होर भी कुछ करन दी लोड़ है जां कोई इहदे विच सुधार जां इन्हां तों सुझाव लवांगे क्योंकि बड़े पढ़े लिखे सूझवान ने। हाँ जी जोगिंदर जी, पहला तो ग्लोबल पंजाब टीवी वालों स्वागत है। धन्यवाद जी, धन्यवाद जी। जोगिंदर जी, तुहानू की लगता है जिवें इत्थे प्रेस वाले वीर होर भी आ तुहाडी आ अपने सहयोगी सरबजीत सिंह रौली आ रमेज लोपो खड़ा है, आपां इह जिहड़ी इत्थों दवाइयां लै के पिंडां दे विच पहुँचा रहे हैं इहदे विच तुहानू किवें लगता जां आपां नूं कोई होर सोध करनी चाहीदी आ, तुहाडा किवें मनना है, की मानदे हो? मैं पहला तो लोगों को यह कहूँगा भी जिहड़ा करफ्यू है, करफ्यू दौरान थोड़ा जिहा घरां दे विच जरूर रहन क्योंकि पहला जिहड़ा करफ्यू सीगा उहनूं करफ्यू समझा जा रहा सी। दो दिन हो गए ने काफ़ी लोग सड़कों पर आ रहे हैं, चाहे कुछ तो जरूरतमंद होणगे पर शाम नूं जिहड़ी आम पबलिक आ सारी वो जिन्नी भी है घरां दे विचों काफ़ी नौजवान आ, पिंड वाले ने, पिंड वाले भी घरां दे विच घट रहे रहन सारे क्योंकि जिहड़ी सानूं सरकार चाहे विदेशी ने इटली जां होर जिन्नी आ सारे ने यह कहा भी घरां दे विच क्योंकि ये रोग की दवाई नहीं हैगी, इहनूं घरां दे विच रह के ही डक्या जा सकता, पहलां तां लोकां नूं घरां दे विच कंट्रोल होना बहुत जरूरी है। उस तो बाद जिहड़े हुण लोक लोकां दीआं लोड़ां भी हैगीआं ने, लोड़ां नूं सरकार जरूर ध्यान च रखे, जिहड़ियां दवाइयां दवाइयां इस टाइम मुख लोड़ आ लोकां दी, ज़्यादातर लोग ने जिहड़े किसी दी चंडीगढ़ तों चलदी लुधियाणे तों चलदी आ चाहे किसी की जलंधर तो दूर दूर तो लोगों दवाइया आ रही, किसी दया जिमें कैंसर के मरीज बहुत ने उन्हों दवाइया ने भी जड़िया राजस्थान के बीकानेर तो चल रहा इलाज या किसी का बठिंडे तो चल रहा जी दवाइया ने, वो दवाइया जे मान लो मोगे वासी ने मोगे पिंडा के लोग ने इन दवाइया तो पीड़ जे लौटबंद उन्होंने दवाई जी मोगे लैन आना पे मोगे योजे आ भी उन्होंने दवाइया मिल नहीं रही क्योंकि साल्ट होर है पत्ते तो होर लिखा है उन्दे करके जिहड़े ने इत्थों दवाइया लैन वेले बहुत मुश्किल आ रही है, खास करके जिमें भी हो सकता सरकार नूं पहलां इन्हां दी जिहड़ी ऑनलाइन डिलीवरी आ जिमें मर्जी आए उन्हां तक पहुँचती होनी चाहिए है। ठीक है, आपां समाज सेवा कर रहे हैं, अपने कोले चलो थोड़ा हैगा भी आपां लोकां कोले जा सकते हैं, शहर दे विच आपां नूं खुल मिली आ, पिंडां दे विच मुश्किल आ रही है, चलो कुछ पर्चियां तुसीं लै लईआं उन्हां तक पहुँचदी करांगे पर हाल की घड़ी पिंडां दे विच इह जिहड़ियां दवाइयां उपलब्ध नहीं हैगियां जिहड़ियां महंगीआं जिवें कैंसर दे मरीजां दीआं होर पिंडां दे विच सिर दर्द दी जां बुखार दी छोटी जिहड़ी दवाई उह तां मिल जाएगी आर एम पी डाक्टरां तों जां होरां तों मिल जाएगी, पर जिहड़ियां वड्डियां लोड़ां ने उह शहरां दे विचों ही पूरियां होणियां ने। हुण जिहड़ी चंडीगढ़ वाली दवाई आ उह मोगिओं नहीं मिलणी उहदे करके थोड़ी मरीजां नूं बहुत ज़्यादा परेशानी आ रही है, सरकार नूं थोड़ा जिहा इहनां वास्ते जरूर सोचना चाहीदा, पर जाण वास्ते भी लोकां नूं सिर्फ इक ही जिहड़े जिन्हां नूं लोड़ आ वह भी थोड़ा जहा ध्यान च रखन, एक अद्धा ही बंदा जाके दवाई लैवे ये ना हो भी नाल एक नाल एक फ्री चला जाए वो ना। जोगिंदर जी तो देखा जाए असी अज कुछ पिंडां दे विच जिहड़े घर आ उन्होंने मास्क सैनिटाइजर की मंग की पर इत्थे किसी भी मेडिकल दे विचों मिल नहीं रहा, वो कहिंदे जे असी अगे तो लैके आने तक बहुत जिहड़ा हैगा वह महंगा मिल रहा, ये सरकार नूं पता नहीं तो उन्होंने ध्यान विच नहीं जां वो ये कर नहीं रहे, कोई सख्त करना चाहिए कि हर मेडिकल के उत्ते जिहड़ियां जरूरी जो चीज़ों की लोड़ है सैनिटाइजर हो गया मास्क हो गए ये तो मिलने चाहिए ये मिल नहीं रहे, की मानते हो? मैं मानता भी इन्हें थोड़े महंगाई होने करके एक तो पिछों नहीं आ रहा माल, हुण जिहड़ी महंगाई का वड्डा कारण यह है पिछों सप्लाई की जिहड़ी लाइन है वह टुट गई है, पिछों सप्लाई ना होने करके जिहड़े दुकाना दे पहला माल सीगा वह लग चुका है, हुण कई दिन हो गए पिछों माल आ नहीं रहा उन्दे करके जिहड़े महंगे भी हो गए ने ते लोक जिहड़े ने लोकां कोले जिहड़ी है पहलां जिहड़ी चीज़ वरतों कीती जा चुकी है सप्लाई लाइन टुटन करके इहनां दे जिहड़े भाव जिवें मंडियां दे विच सब्जियां दे रेट वध चुके ने, दालां दे रेट वधने शुरू हो गए ने, ते उस तों इलावा जिहड़े दवाइयां ने दवाइयां दे रेट भी वध रहे ने, ते थोड़ी जिन्ना चिर पिछों सप्लाई नहीं आउणी शुरू होंदी उन्ना चिर इह कम्म लोट नहीं आउणा, पिछों सप्लाई आएगी तां फिर ही रेट कंट्रोल होणगे, थोड़े दुकानदारां नूं भी चाहीदा, दुकानदार भी कई तो जे सेवा भावना चल रहे हैं तो कई उन्हें जेडे वेखते हैं भी हूँ करफ्यू लगा भी जिनी होंगी है गाहकों की छिल ला लीए उन्नी थोड़ी है, गाहकों की छिल लाने वास्ते भी कोई महंगाई वाल सरकार भी इन चाहिए इन कंट्रोल करना चाहिए, लोगों भी थोड़ा जहा संजमना जी चीज़ की लड़ है उन्होंने वरतो जी नहीं, पहली गल तो जे तो घर च रें तो घर इन्हों की लड़ ही बहुत घट है, जो असं बहर आवेंगे लोगों से विचर उदों सूँ इन चीज़ों की लड़ होएगी, जे घर रहेंगे तो इन चीज़ों दड़ा जन घर भी असं पूर्ति कर सकते हैं, माक्स आ कपड़े वाले माक्स घर भी बनाए जा सकते हैं पर जो बनाएंगे तो ही बना नहीं रहे लोग, थोड़ा जहा उधर ध्यान देना चाहिए। देखा जाए जोगिंदर जी जिवें पहले दिन लॉकडाउन किया तो लोग काफ़ी बहर रहे, जो दूसरे दिन जो देखा करफ्यू का आर्डर किया कैप्टन अमरिंदर सिंह ने उस तो बाद लोग आम वांग ही सड़कों पर आ गए,
जो उस दिन पुलिस ने सख्ताई की डंडा भराया तो कोई भी आप जो ग्राउंड लैवल से देखा जीरो ग्राउंड की रिपोर्ट से भी कोई भी लोग बाहर नहीं निकल रहे ना कोई साइकिल ना मोटरसाइकिल ना आम उस तो बाद कई लोगों ने कहा भी पुलिस ने डंडा भराया कुटिया मारिया जी रौला बहुत पिया पर हुण जे देखा जाए पुलिस ने कोई सख्ताई नहीं की भी खड़े ने समझा जरूर है पर लोग मैनू नहीं लगता भी कोई समझ देणगे शहर च भी आम आवाजाई तो पिंड च भी लोग आम आवाजाई थोनू क्या लगता सख्ताई करनी चाहिए आ लोगों को बचाने लिए जा नहीं किमें लगता सख्ताई तो बिना अपने लोग समझने वाले ही नहीं गए जो उस दिन सख्ताई करी तो अगले दिन क्यों नहीं दसे हूँ ढिल आते हूँ लोग क्यों सड़कों पर आ गए ठीक है ना सरकार को थोड़ा इधर ध्यान जिहड़ा लोड़वंद उन्हें नहीं कुछ कहना चाहिए जिहड़ी पुलिस की बदनामी भी हुई है ना वो जदों कोई लोड़वंद बुजुर्ग नूं जां बिरध जिहड़ा लोड़वंद कोई दवाई लैन जा रहा जां किसी महिला की कुट की उन्हें करके बदनामी हुण जे पुलिस प्यार ना समझा रही है लोग आखे भी नहीं लग रहे उस दिन जदों डांग चली उदू बाद आखे भी लग गए हुण कईआं ने आपां नूं भी चंगा माड़ा कहना ठीक है ना हरेक पक्ष जिहड़े कैपरियां वाले ने बिना गल तो बाहर निकले फिरदे ने उन्हां वास्ते तां डांग ही कम कीती है प्यार नहीं कम किया उस दिन ठीक है ना थोड़ा सरकार नूं हरेक तरह का जिहड़ा वो दा खेडना चाहिए लोगों के वरतना चाहिए फिर ही लोग थोड़े ठीक रहेंगे पर लोड़वंद नूं किसी नूं कुछ ना कहा जाए ठीक है ना जिवें हुण स्कूल कॉलेज आ जिहड़े बच्चे ने उन्हां नूं बाहर निकलण दी कोई लोड़ नहीं घर जी नहीं लगता अपने पर फिर भी वेला इहो जिहा वेला घर रह के टप ते जदों इह चीज़ आ गई हुण इटली वर्गे जां अमेरिका वर्गे जो दूसरे देशों ने उन्होंने क्यों लोगों को घर बंद कर इस करके कर क्योंकि इलाज है नहीं गा जिन का रोकथाम होनी है तो घर रह के ही होनी है हूँ अपने अपना भी लोड़ अनुसार जिन्हें को सारे बाहर निकलना चाहिए चंगे रहेंगे नहीं तो ये इनका नतीजे बहुत भयानक हो गए जो सरकार की गल जो उन्होंने कही है तो ही कही है उन्होंने कितों ना कितों रिपोर्टा मिली ने उस तो बाद ही उन्होंने ता ही कहा भी लोग घर रह जे सरकार की गल मान लेंगे ठीक रहेंगे हुण कई वारी तां राशन एक बंदा भी जाके लै के आ सकदा हुण जिहड़े लोग आ जिहड़े राशन वंडिया जा रहा हुण उत्थे जिहड़े सौवां दी तादाद दे विच लोग आ जांदे ने ते जदों इह रोग फैल गया उदों बहुत नुकसान होणगे लोकां नूं मन्ननी चाहीदी सरकार दी गल जरूरी आ ठीक ਇਹ ਸਨ ਜੋਗਿੰਦਰ ਸਿੰਘ ਜੀ ਮੁੱਗਾ ਜਿਹੜੇ ਕਿ ਪਹਿਲਾਂ ਵੀ ਆਪਾਂ ਇਹਨਾਂ ਨਾਲ ਗੱਲ ਕੀਤੀ ਕਈ ਵਾਰ ਸਮਾਜ ਸੇਵੀ ਨੇ ਸੋ ਜੇ ਦੇਖਿਆ ਜਾਵੇ ਲੋਕਾਂ ਨੂੰ ਘਰੇ ਟਿਕਣ ਦੀ ਲੋੜ ਆ ਜੇ ਪ੍ਰਸ਼ਾਸਨ ਆ ਉਹ ਡੰਡਾ ਵਧਾਉਂਦਾ ਸਖਤੀ ਕਰਦੀ ਤਾਂ ਵੀ ਆਪਾਂ ਕਹਿੰਦੇ ਹਾਂ ਕਿ ਪੁਲਿਸ ਜਿਹੜੀ ਹੈਗੀ ਉਹ ਸਖਤੀ ਕਰ ਰਹੀ ਆ ਪਰ ਲੋਕ ਟਿਕ ਨਹੀਂ ਰਹੇ ਘਰਾਂ ਦੇ ਵਿੱਚ ਆਮ ਹੀ ਗੱਡੀਆਂ ਅਤੇ ਮੋਟਰਸਾਈਕਲਾਂ 'ਤੇ ਬਾਜ਼ਾਰ ਦੇ ਵਿੱਚ ਘੁੰਮ ਰਹੇ ਨੇ ਇਹਨਾਂ 'ਤੇ ਥੋੜ੍ਹੀ ਸਖਤੀ ਕਰਨ ਦੀ ਵੀ ਲੋੜ ਬਣਦੀ ਹੈ ਔਰ ਨਾਲ ਹੀ ਅਸੀਂ ਬੇਨਤੀ ਕਰਦੇ ਜੇ ਹੋਰ ਵੀ ਕਿਸੇ ਨੂੰ ਹਲਕੇ ਦੇ ਵਿੱਚ ਦਵਾਈਆਂ ਦੀ ਜ਼ਰੂਰਤ ਹੋਵੇ ਸਾਨੂੰ 9876008000 ਦੇ ਉੱਤੇ ਕਾਲ ਵੀ ਕਰ ਸਕਦਾ ਵਟਸਐਪ ਵੀ ਕਰ ਸਕਦਾ ਅਸੀਂ ਗਲੋਬਲ ਪੰਜਾਬ ਦੀ ਜਿਹੜੀ ਟੀਮ ਹੈ ਸਾਡੀ ਔਰ ਮੇਰੇ ਸਹਿਯੋਗੀ ਜੋਗਿੰਦਰ ਜੀ ਆ ਰੌਲੀ ਜੀ ਆ ਰਮੇਜ ਲੋਪੋ ਆ ਸਾਡਾ ਕੈਮਰਾਮੈਨ ਅਸੀਂ ਤੁਹਾਡੇ ਤੱਕ ਜਿਹੜੀ ਹੈਗੀ ਆ ਇਹ ਦਵਾਈ ਆ ਜਿਹੜੀ ਘਰ ਤੱਕ ਪਹੁੰਚਦੀ ਕਰਾਂਗੇ ਸੋ ਗਲੋਬਲ ਪੰਜਾਬ ਟੀਵੀ ਲਈ ਕੈਮਰਾਮੈਨ ਅਰਮੇਜ ਲੋਪੋ ਦੇ ਨਾਲ ਚਮਕੌਰ ਸਿੰਘ ਲੋਪੋ ਦੀ ਵਿਸ਼ੇਸ਼ ਰਿਪੋਰਟ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ